This is Kamala. I never did want to be arrested. And I had a few. Kamala! Underneath, here he comes again. A kick to the chest. Backup, he is. Kamala! That's permanent damage right there. This one is all over. ਸੋਹਣਿਓ ਅੱਜ ਇੱਕ ਲਮਕ ਦੇ ਢਿਲਕ ਦੇ ਢਿੱਡ ਵਾਲੇ ਰੈਸਲਰ ਇੱਕ ਕਾਲੇ ਹਬਸ਼ੀ ਜਿਹਦਾ ਕੱਦ 7 ਫੁੱਟ ਤੇ 6 ਇੰਚ ਸੀ ਅੱਜ ਉਸ ਰੈਸਲਰ ਦੀ ਕੋਈ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂ ਮੈਂ ਜਿਹਦਾ ਨਾਂ ਸੀ ਕਮਾਲਾ ਹਾਂਜੀ ਮੈਂ ਕਹਿੰਦਾ ਕਿ ਬੜਾ ਮਜ਼ੇਦਾਰ ਰੈਸਲਰ ਸੀ ਯਾਰ ਮੋਟਾ ਜਿਹਾ ਮੈਂ ਕਹਿੰਦਾ ਕੀ ਕਮਾਲ ਅਦਾਵਾਂ ਉਹਦੀਆਂ ਆਉਂਦੀਆਂ ਸੀ ਜਿਵੇਂ ਇੱਕ ਫਿਲਮ ਵਿੱਚ ਮਜ਼ਾਹੀਆ ਫਨਕਾਰ ਨਹੀਂ ਹੁੰਦਾ ਇਸ ਤਰ੍ਹਾਂ ਦਾ ਸੀ ਤੇ ਅਸੀਂ ਬੜੀਆਂ ਉਹਦੀਆਂ ਕੁਸ਼ਤੀਆਂ ਜਿਵੇਂ ਇੱਕ ਐਂਟਰਟੇਨਰ ਹੁੰਦਾ ਬੰਦਾ ਕਿਸੇ ਜਵਾਨੀ ਵੇਲੇ ਉਹ ਬੜਾ ਰੈਸਲਰ ਸੀ ਲੇਕਿਨ ਅਸੀਂ ਜਦੋਂ ਵੇਖਣ ਲੱਗਿਆ 2005 ਵਿੱਚ ਉਦੋਂ ਉਸ ਵੇਲੇ ਕਿਉਂਕਿ ਉਹ ਬੁਢਾਪੇ ਨੂੰ ਪਹੁੰਚ ਗਿਆ ਸੀ ਤੇ ਫਿਰ ਉਹਦੀਆਂ ਕਮਾਲ ਅਦਾਵਾਂ ਹੁੰਦੀਆਂ ਸੀ ਇੱਕ ਸ਼ੁਗਲ ਮੇਲਾ ਬੰਦਾ ਲਾ ਦਿੰਦਾ ਹੁੰਦਾ ਸੀ ਅੱਜ ਕੁਝ ਯਾਦਾਂ ਤਾਜ਼ਾ ਕਰਨੇ ਆ ਤਾਂ ਉਹਦੀ ਪੂਰੀ ਕਹਾਣੀ ਪੂਰੀ ਬਾਇਓਗ੍ਰਾਫੀ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਵਾ ਉਮੀਦ ਮੇਰੇ ਨਾਲ ਜੁੜੇ ਰਹੋਗੇ ਚੈਨਲ ਤੇ ਨਵੇਂ ਹੋ ਤੇ ਮੁਹੱਬਤਾਂ ਨਾਲ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰੋ ਕਮੈਂਟ ਬਾਕਸ ਵਿੱਚ ਇਹ ਦੱਸੋ ਕਿ ਤੁਹਾਡਾ ਪਸੰਦੀਦਾ ਰੈਸਲਰ ਕੌਣ ਹੈ ਕਮਾਲੇ ਦਾ ਅਸਲ ਨਾਂ ਜੀ ਜੇਮਸ ਆਰਥਰ ਹੈਰਿਸ ਸੀ ਤੇ ਉਹ 28 ਮਈ 1950 ਨੂੰ ਸੈਂਟੋਬੀਆ ਵਿੱਚ ਜੰਮੇ ਸਨ ਉਹਨਾਂ ਨੇ ਸਿਰਫ 9 ਜਮਾਤਾਂ ਪੜ੍ਹੀਆਂ ਬਲਕਿ 9ਵੀਂ ਵਿੱਚ ਹੀ ਉਹਨਾਂ ਸਕੂਲ ਛੱਡ ਦਿੱਤਾ ਭੱਜ ਗਏ ਸਕੂਲੋਂ ਫਿਰ ਉਸ ਜ਼ਮਾਨੇ ਵਿੱਚ ਉਹ ਪੁਲਿਸ ਵਿੱਚ ਜਾ ਭਰਤੀ ਹੋਏ ਇਹ 1967 ਦਾ ਜ਼ਮਾਨਾ ਸੀ ਕਿ ਜਦੋਂ ਉਹਨਾਂ ਨੇ ਸਰਕਾਰੀ ਪੁਲਿਸ ਦੀ ਨੌਕਰੀ ਕਰ ਲਈ ਫਿਰ ਇਹਦੇ ਵਿੱਚ ਵੀ ਉਹਨਾਂ ਦਾ ਦਿਲ ਨਹੀਂ ਲੱਗਿਆ ਥੋੜ੍ਹੇ ਅਰਸਾ ਹੀ ਇਹ ਨੌਕਰੀ ਕੀਤੀ ਹੈ ਤੇ ਫਿਰ ਇਹ ਨੌਕਰੀ ਛੱਡ ਕੇ ਤੇ ਇਹ ਜਿਹੜੇ ਆਪਣਾ ਫਲ ਫਲ ਢੋਣ ਵਾਲੇ ਜਿਹੜੇ ਟਰੱਕ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਟਰੱਕ ਡਰਾਈਵਰੀ ਸ਼ੁਰੂ ਕਰ ਦਿੱਤੀ ਬੜੀ ਦੇਰ ਤੱਕ ਉਹਨਾਂ ਨੇ ਫਿਰ ਟਰੱਕ ਡਰਾਈਵਰੀ ਕਰਦੇ ਰਹੇ ਫਿਰ ਇੱਕ ਵੇਲੇ ਇਹਨਾਂ ਨੂੰ ਜਿਹੜਾ ਨਾ ਜਦੋਂ ਫਰੂਟ ਜਿਹੜਾ ਕਿਤੇ ਗੱਡੀ ਲੈ ਕੇ ਜਾ ਰਹੇ ਨੇ ਅੱਗੇ ਲਾਉਣਾ ਸੀ ਉੱਥੇ ਇੱਕ ਬੰਦਾ ਐਸਾ ਮਿਲ ਗਿਆ ਕਿ ਜਿਹੜਾ ਇੱਕ ਮਾੜਾ ਮੋਟਾ ਰੈਸਲਰ ਸੀ ਉਹਨੇ ਆਖਿਆ ਯਾਰ ਕਿ ਜਿਵੇਂ ਤੇਰਾ ਕੱਦ ਬੋਤੇ ਕੱਦ ਕਾਠ ਹੈ ਤੇਰਾ ਜਣਿਆਂ ਤੋਂ ਭਲਵਾਨ ਢਾਈ ਬੰਦਾ ਹੈ ਤੈਨੂੰ ਚਾਹੀਦਾ ਰੈਸਲਿੰਗ ਵਿੱਚ ਟਰਾਈ ਕਰਨੀ ਲਿਹਾਜ਼ਾ ਇਸ ਬੰਦੇ ਨੇ ਜਿਹੜਾ ਨਾ ਕਮਾਲਾ ਨੇ ਟਰੱਕ ਡਰਾਈਵਰੀ ਫਿਰ ਛੱਡੀ ਜਿਵੇਂ ਪੁਲਿਸ ਛੱਡੀ ਟਰੱਕ ਡਰਾਈਵਰੀ ਛੱਡੀ ਉਸ ਬੰਦੇ ਨਾਲ ਤੁਰ ਪਿਆ ਕਿ ਚੱਲ ਮੈਨੂੰ ਜਿਹੜਾ ਨਾ ਸਿਖਾ ਚੱਲ ਕੇ ਫਿਰ ਉਹ ਫਿਰ ਲੈ ਜਾਂਦਾ ਇੱਕ ਉਸਤਾਦ ਬੰਦੇ ਕੋਲ ਜਿਹੜਾ ਕਮਾਲੇ ਨੂੰ ਜਿਹੜਾ ਨਾ ਪ੍ਰੋਫੈਸ਼ਨਲ ਰੈਸਲਰ ਬਣਾ ਦਿੰਦਾ ਉਸ ਵੇਲੇ ਉਹ ਜੀ 25 ਸਾਲਾਂ ਦੀ ਉਮਰ ਨੂੰ ਅੱਪੜ ਗਿਆ ਸੀ ਕਿ ਉਹਨੇ ਜਾ ਕੇ ਨਾ ਜਿਹੜਾ ਉਹਨਾਂ ਦਾ ਉਸਤਾਦ ਸੀ ਰੈਸਲਰ ਬੋਬੋ ਬ੍ਰਾਜ਼ੀਲ ਉਹਦੇ ਕੋਲ ਲੈ ਗਿਆ ਉਹਨੇ ਫਿਰ ਇਹਨੂੰ ਪੂਰੀ ਟ੍ਰੇਨਿੰਗ ਦਿੱਤੀ ਤੇ ਇੱਕ ਬਕਾਇਦਾ ਰੈਸਲਰ ਬਣਾਇਆ ਇਹਨਾਂ ਤੇ ਫਿਰ ਕਮਾਲੇ ਨੇ ਪਹਿਲੀ ਵਾਰੀ ਜਿਹੜੇ ਸਾਲ ਉਹ ਰਿੰਗ ਵਿੱਚ ਦਾਖਲ ਹੋਇਆ ਲੜਾਈ ਲੜਨ ਵਾਸਤੇ ਕੁਸ਼ਤੀ ਕਰਨ ਵਾਸਤੇ ਰੈਸਲਿੰਗ ਵਾਸਤੇ ਉਹ 1978 ਦਾ ਜ਼ਮਾਨਾ ਸੀ ਤੇ ਜਦੋਂ ਬੋਬੋ ਬ੍ਰਾਜ਼ੀਲ ਨੇ ਇਹਨਾਂ ਨੂੰ ਭੇਜਿਆ ਕਿ ਚੱਲ ਹੁਣ ਤੂੰ ਟ੍ਰੇਨਡ ਚੱਲ ਆਪਣਾ ਚੜ ਜਾ ਹੁਣ ਸੂਲੀ ਜਾ ਕੇ ਆਪਣਾ ਵਿਖਾ ਕਰਤਬ ਆਪਣੇ ਆਵਾਮ ਨੂੰ ਤੇ ਪਤਾ ਇਹਨਾਂ ਨੇ ਆਪਣਾ ਪਹਿਲੀ ਵਾਰੀ ਨਾਂ ਚੇਂਜ ਕੀਤਾ ਜਿਵੇਂ ਪਤਾ ਫਿਲਮਾਂ ਵਿੱਚ ਆਉਣ ਲੱਗਿਆ ਲੋਕੀ ਆਪਣਾ ਪੁਰਾਣਾ ਮਾਂ ਪਿਓ ਦਾ ਰੱਖਿਆ ਨਾਂ ਛੱਡ ਕੇ ਇੱਕ ਨਵਾਂ ਨਾਂ ਰੱਖ ਲੈਂਦੇ ਨੇ ਇਹਨਾਂ ਨੇ ਵੀ ਆਪਣਾ ਨਾਂ ਜਿਹੜਾ ਨਾ ਪੁਰਾਣਾ ਛੱਡਿਆ ਹੈਂਜੀ ਇਹਨਾਂ ਨੇ ਨਾਂ ਆਪਣਾ ਰੱਖ ਲਿਆ ਜੀ ਸ਼ੂਗਰ ਬੀਅਰ ਯਾਨੀ ਕਿ ਖੰਡ ਖਾਣ ਵਾਲਾ ਰਿੱਛ ਉਤੋਂ ਹੈ ਵੀ ਉਸ ਤਰ੍ਹਾਂ ਦਾ ਸੀ ਫਿਰ ਇਹਨਾਂ ਛੋਟੇ ਮੋਟੇ ਮੁਕਾਬਲੇ ਕੁਸ਼ਤੀਆਂ ਲੜਦੇ ਰਹੇ ਫਿਰ 1980 ਦਾ ਸਾਲ ਆਇਆ ਤੇ ਇਹਨਾਂ ਨੇ ਫਿਰ ਆਪਣਾ ਨਾਂ ਬਦਲ ਲਿਆ ਇਹਨਾਂ ਨੇ ਆਪਣਾ ਨਾਂ ਬਦਲ ਕੇ ਰੱਖ ਲਿਆ ਜੀ ਬੈਡ ਨਿਊਜ਼ ਤੇ ਫਿਰ ਇਹਨਾਂ ਨੇ ਸਾਊਥ ਈਸਟਰਨ ਚੈਂਪੀਅਨਸ਼ਿਪ ਰੈਸਲਿੰਗ ਜਿਹੜੀ ਇਹਨੇ ਜੁਆਇਨ ਕਰ ਲਈ ਫਿਰ 1981 ਦਾ ਸਾਲ ਆਇਆ ਤੇ ਇਹਨਾਂ ਟਰੈਵਲ ਕੀਤਾ ਤੇ ਇਹ ਆਪਣਾ ਜਿਹੜਾ ਨਾ ਆ ਗਏ ਇੰਗਲੈਂਡ ਵਿੱਚ ਜਿੱਥੇ ਆ ਕੇ ਇਹਨਾਂ ਨੇ WWA ਵਰਲਡ ਹੈਵੀਵੇਟ ਚੈਂਪੀਅਨਸ਼ਿਪ ਜਿਹੜੀ ਰੈਸਲਿੰਗ ਉਹਦੇ ਵਿੱਚ ਇਹਨਾਂ ਨੇ ਭਰਪੂਰ ਹਿੱਸਾ ਲਿਆ ਤੇ ਬਹੁਤ ਨਾਂ ਕਮਾਇਆ ਤੇ ਫਿਰ ਉਹ ਵੇਲਾ ਬੇਲੀਓ ਆ ਗਿਆ ਕਿ ਜਦੋਂ ਇਹਨਾਂ ਨੇ ਤੀਸਰੀ ਵਾਰੀ ਆਪਣਾ ਨਾਂ ਬਦਲਿਆ ਤੇ ਆਖਰੀ ਵਾਰੀ ਤੇ ਇਹਨਾਂ ਨੇ ਆਪਣਾ ਨਾਂ ਰੱਖ ਲਿਆ ਜੀ ਕਮਾਲਾ ਛਾ ਗਏ ਫਿਰ ਕਮਾਲੇ ਨੂੰ ਲੈ ਕੇ ਕਮਾਲੇ ਉਰਾ ਸਰਕਾਰ ਮੇਰੀ ਹਰ ਮੁਲਕ ਦੀ ਰੈਸਲਿੰਗ ਜੁਆਇਨ ਕੀਤੀ ਤੇ ਹਰ ਮੁਲਕ ਵਿੱਚ ਜਾ ਕੇ ਖੇਡੇ ਨੇ ਬਹੁਤ ਨਾਂ ਕਮਾਇਆ ਸਟਾਰਟ ਦਾ ਰੈਸਲਰ ਸੀ ਕਮਾਲ ਰੈਸਲਰ ਫਿਰ 1986 ਨੂੰ ਇਹਨਾਂ ਨੇ WWF ਜੁਆਇਨ ਕਰ ਲਈ ਉਹਦਾ ਹਿੱਸਾ ਬਣ ਗਏ ਤੇ ਫਿਰ ਇਹਨਾਂ ਬੜਾ ਫਿਰ ਇਹਨਾਂ ਨੇ ਬਹੁਤ ਉੱਚਾ ਨਾਂ ਕਮਾਇਆ ਹੁਕ ਹੋ ਗਨ ਨਾਲ ਇਹਨਾਂ ਨੇ ਬੜੀਆਂ ਬੜੀਆਂ ਲੜਾਈਆਂ ਲੜੀਆਂ ਤੇ ਜਿੱਤੀਆਂ ਤੇ ਫਿਰ ਸੋਹਣਿਓ 2004 ਦਾ ਸਾਲ ਸ਼ੁਰੂ ਹੋ ਗਿਆ ਕਿ ਜਦੋਂ ਇਹਨਾਂ ਨੇ ਆਖਰ ਤੇ ਆ ਕੇ WWE ਜਿਹੜੀ ਹੈ ਉਹਨੂੰ ਜੁਆਇਨ ਕਰ ਲਿਆ ਉਹਦਾ ਹਿੱਸਾ ਬਣ ਗਏ ਫਿਰ ਸ਼ੁਗਲ ਮੇਲੇ ਲਾਉਂਦੇ ਰਹੇ ਨੇ ਸਮਝੋ ਤੁਸੀਂ
ये ज्वाइन करन दा दिहाड़ सी 26 जुलाई सन 2004 के जदो उन्होंने WWE नू ज्वाइन किया सी। अगले साल यानी कि 2005 विच मैं इस बंदे नू वेखना शुरू होया वा। बड़ियां फिर रैसलर मैं कहना मेरे को खिजाइया ही नहीं, मैं तो इहनू तो वैसे ही शुगलिया तौर पर वेखदे हुंदे सी ना कि लो जी आ गया जो मोटे ढिड वाला है जी, उतो अजीब जिहा इहने उह जंगलियां वाला लिबास पाया हुंदा सी, कमाल लगदा सी, शुगर ला दिंदा हुंदा सी यार। तो मैं समझ लो कि 2005 तो ला के ना तो जिहड़ा कोई उस तो बाद 4-5 साल तीकर मैं कुश्तियां बड़ियां वेखियां छड्डी कोई नहीं, लेकिन उहदे विच मेरा ख्याल है कि शाजो नादरी कोई कुश्ती हो सकदा किसी नवे मुंडे कोल इन्हें जित ली होए, नहीं तो जिदा जुदा कोई नहीं सी, बस वो ढिड लमका के हिल हिला के जहाँ बैठ और जाता हुंदा सी शुगर मेला करके। तो कमाले उरी सरकार मेरी 2010 विच इन्होंने रिटायरमेंट लै ली सी रैसलिंग तो, इन्होंने दो विआह किए, पहली बीवी जिहड़ी है वह जी कलारा जिहदे विच इन्हां तलाक दे दित्ती उहनूं, तो बाद विच दूजा विआह इन्होंने कर लिया एमरजीन ब्रैडली नाल जिहड़ी कि इन्हां दी वफात तीकर इन्हां दे नाल ही रही, तो इन्हां विचों इन्हां दी औलाद होई 5 धीआं ते 1 पुत्तर। तो सोने कमाले होरां नूं 7 नवंबर 2011 इन्हां दी जिहड़ी ना ब्लड प्रैशर इन्हां दा बहुत ज़्यादा हाई हो गया, जिहदी वजह तो जिहड़ा ना इन्हां नूं फालज दा अटैक आया ते खब्बी लत जिहड़ी ना उहदे ते असर पै गया। तो फिर अगले साल 2012 इन्हां दी सज्जी लत ते वी जिहड़ा ना इसे तरह इन्हां नूं फालज दा अटैक होया कि उहनां दी लत फिर कटनी पै गई, फिर व्हीलचेयर ते आ गए। व्हीलचेयर ते आने तो बाद इन्हां ने फिर अपनी जिंदगी दे उत्ते पूरी किताब लिखी। 2014 तीकर फिर जिहड़ा ना समझो कि बहुत गुरबत की जिंदगी इन्होंने गुजारी, हत्ता कि चंदा मंग के अपने घर का जिहड़ा गुजारा करते रहे। तो फिर वीच करोना आ गया, तो 5 अगस्त सन 2020 इन्हों करोना भी हो गया, कोविड हो गया, जिदी वजह तो 9 अगस्त सन 2020 इन्हों की वफात हो गई। सुनियो ऐ अजीम रैसलर सी कि जिहड़ा जवानी वेले लोगों अपने दुश्मनों नू धूल चटा दिंदा हुंदा सी, लेकिन बुढ़े बारे आके लोगों हसांदा रहा, लोगों के गमगीन चेहरियां ते मुस्कुराहटां बखेरदा रहा। उम्मीद करांगे तुहानू ये वीडियो पसंद आई है। अगर तुसी किसी रैसलर के बारे होर साढ़े कोल जानकारी जानना चाहते हो तो कमेंट बॉक्स में उहदा नाम जरूर लिखो, असी कोशिश करांगे कि उन्हां दी पूरी कहानी तुहाडे सामने रखीए। दिओ इजाजत किसी होर जानकारी दे नाल, तुहाडी सेवा चाहुंदे हां जी, अल्लाह मेहरबान।